ਲਓ ਜੀ ਹੁਣ ਇੱਕ ਸੱਤਾਂ ਭਰਾਵਾਂ ਦੇ ਵਿੱਚੋਂ ਜਿਹੜੀ ਜਾਨੀ ਦੇ ਘਰੋਂ ਸੀ ਲਾਲੇ ਇੱਕ ਰਾਂਝੇ ਨੂੰ ਅੱਡ ਕਰਵਾਉਂਦੀਆਂ ਨਗਰਾਂ ਵਾਲੇ ਉਹ ਕਿਸ ਤਰ੍ਹਾਂ ਕਰਵਾਉਂਦੀਆਂ ਓ ਮੁੰਡਿਓ ਹਾਂਜੀ ਚੌਧਰੀ ਸਾਹਿਬ ਸਲਾਮਾਲੇਕਮ ਵਾਲੇਕੁਮ ਸਲਾਮ ਕੀ ਗੱਲ ਆ ਕਰੀ ਹੋ ਵੀ ਚੌਧਰੀ ਸਾਹਿਬ ਸਲਾਮਾਲੇਕਮ ਵਾਲੇਕੁਮ ਸਲਾਮ ਉਹ ਕੰਮ ਤੇ ਨਹੀਂ ਗਿਆ ਖੇਤ ਨਹੀਂ ਗਏ ਉਹ ਚਿੱਟੀ ਝੰਡੀ ਆ ਚਿੱਟੀ ਝੰਡੀ ਸਾਤੋ ਕੰਮ ਗੁੰਮ ਨਹੀਂ ਹੁੰਦਾ ਵੀ ਕੰਮ ਨਹੀਂ ਕਰਦੇ ਤੁਸੀਂ ਘਰੇ ਘਰੇ ਵਿਹਲੇ ਪਵਾਂਗੇ ਜਮਾ ਨਹੀਂ ਕਰਦੇ ਕੰਮ ਉਹ ਖੁਸ਼ੀ ਆ ਕਿੱਥੇ ਆ ਨਾ ਮਾਇਕੀ ਉਹਦੀ ਪੂਛ ਫੜੀ ਆ ਬੋਲਦਾ ਕਿਵੇਂ ਖੁਸ਼ੀ ਨੂੰ ਬੁਲਾ ਕੇ ਲੈ ਓਏ ਮੋਟਰ ਤੇ ਬੈਠਾ ਸੀੜੀ ਲਾਈ ਨਾਲੇ ਅੰਗਰੇਜ਼ੀ ਦੀ ਬੋਤਲ ਖੋਲੀ ਬੈਠਾ ਮੈਂ ਖਲਾਉਣਾ ਬੋਤਲ ਉਹਦੀ ਓ ਮੁੰਡਿਆ ਹੱਥ ਨਾ ਲਾ ਮੁੰਡਿਆ ਮੁੰਡਿਆ ਲਾਈਆ ਸਾਲੇ ਮੁੰਡੇ ਦੇ ਬੋਲਦਾ ਕਿਵੇਂ ਓਏ ਹਾਂ ਗੱਲ ਕੀ ਆ ਚੌਧਰੀ ਉਹ ਤੁਹਾਨੂੰ ਖੇਤ ਬੰਨੇ ਜਾਣ ਦਾ ਖਿਆਲ ਹੈ ਫਸਲ ਦਾ ਖਿਆਲ ਕੋਈ ਆ ਕੇ 15 ਦਿਨਾਂ ਬਾਅਦ ਬਾਹਰਲੇ ਪਿੰਡਾਂ ਚੋਂ ਤੂੰ ਰੋਬ ਦੇਣ ਲੱਗਿਆ ਗੱਲ ਕੀ ਆ ਓਏ ਬੋਲਦਾ ਕਿਵੇਂ ਬੋਲਦਾ ਕਿਵੇਂ ਤੂੰ ਹਾਂ ਦੱਸ ਇਹਨਾਂ ਨੂੰ ਖੇਤ ਨਹੀਂ ਲੈ ਗਿਆ ਖੇਤ ਹਾਂ ਕਹਿੰਦੇ ਵਗ ਜਾਣ ਤੇਰੇ ਚੇਲੇ ਨੇ ਸਾਰੇ ਤੇਰੇ ਪਿੱਛੇ ਲੱਗੇ ਹੋਏ ਨੇ ਕੌਣ ਤੁਹਾਨੂੰ ਫਸਲ ਦਾ ਖਿਆਲ ਹੈ ਫਸਲ ਮੈਂ ਤਾਂ ਕਹਿੰਦਾ ਸਾਰੇ ਪਿੰਡ ਹੀਰੋ ਨੂੰ ਕੀ ਕਹਿੰਦਾ ਸਾਰੀ ਵੀਰ ਨੂੰ ਸਾਰੀ ਝਾੜੋ ਨੂੰ ਮਾਇਆ ਸਾਡੀ ਕਣਕ ਚ ਮੱਛਾਂ ਛੱਡੋ ਲਾ ਨਹੀਂ ਮਾਏ ਬਾਹੂ ਕੱਲ ਨੂੰ ਟਰੈਕਟਰ ਨਾਲ ਉਹ ਗੱਲ ਸੁਣ ਮੇਰੀ ਤੂੰ ਇਹਨਾਂ ਤੋਂ ਸਿਆਂ ਇਹਨਾਂ ਨੂੰ ਖੇਤ ਬੰਨੇ ਲੈ ਕੇ ਜਾ ਕੰਮ ਕਾਰ ਕਰੋ ਕੋਈ ਚੌਧਰੀ ਕੰਮ ਕਾਹਦੇ ਸਿਰ ਤੇ ਕਰੀਏ ਕਿਉਂ ਨਾ ਤਾਂ ਜਾਵੇ ਖੇਤ ਦੇ ਵਿੱਚ ਟਾਈਮ ਤੇ ਰੋਟੀ ਅੱਛਾ ਨਾ ਜਾਵੇ ਚਾਹ ਨਾ ਉਹਨਾਂ ਨੂੰ ਮਿਲੇ ਤੱਤਾ ਠੰਡਾ ਪਾਣੀ ਅੱਛਾ ਨਾ ਮਿਲੇ ਮੰਜਾ ਬਿਸਤਰਾ ਦੱਸ ਕੰਮ ਕਿਵੇਂ ਹੋਊ ਬਈ ਓਏ ਹਾਜ਼ਰੀ ਦੀ ਰੋਟੀ 9 ਵਜੇ ਜਾਂਦੀ ਨੀ ਖੇਤ 9 ਵਜੇ ਹਾਜ਼ਰੀ 2:30 ਵਜੇ 2:30 ਵਜੇ ਹਾਜ਼ਰੀ ਜਾਂਦੀ ਆ ਉਹ ਫਿਰ ਦੁਪਹਿਰ ਵਾਲੀ ਦੁਪਹਿਰ ਦੀ ਰੋਟੀ ਮਿਲਦੀ ਆ ਰਾਤ ਨੂੰ 9 ਵਜੇ ਫਿਰ ਰਾਤ ਵਾਲੀ ਉਹ ਰਾਤ ਦਾ ਡੰਗ ਦਾ ਸਾਡਾ ਮਾਰਿਆ ਗਿਆ ਸਾਡੇ ਹੋ ਗਏ ਭੁੱਖਿਆਂ ਦੇ ਸ਼ਿਕਾਰੀ ਕੁੱਤੇ ਵਰਗੇ ਲੱਕਾ ਉਹ ਫਿਰ ਇਹਦੇ ਵਿੱਚ ਮੇਰਾ ਕੋਈ ਕਸੂਰ ਨਹੀਂ ਭਰਾਵੋ ਥੋੜੀ ਵੱਡੀ ਭਰਜਾਈ ਲਾਲੇ ਨੂੰ ਪੁੱਛੋ ਵੀ ਟਾਈਮ ਸਿਰ ਰੋਟੀ ਕਿਉਂ ਨਹੀਂ ਜਾਂਦੀ ਖੇਤ ਚੌਧਰੀ ਬਾਪੂ ਜਿਉਂਦੇ ਕਿੰਨਾ ਤਪ ਤੇਜ਼ ਸੀ ਬਿਲਕੁਲ ਤੇਜ਼ ਸੀ ਸਾਰਾ ਟੱਬਰ ਕਹਿਣੇ ਚ ਚੱਲਦਾ ਸੀ ਚੱਲਦਾ ਸੀ ਵੀ ਚੱਲਦਾ ਸੀ ਸਾਰੀਆਂ ਭਰਜਾਈਆਂ ਸਵੇਰ 4 ਵਜੇ ਉੱਠਦੀਆਂ ਸੀ ਹਾਂ ਚਾਹ ਵਾਲੀ ਚਾਹ ਬਣਾਉਂਦੀ ਸੀ ਧਾਰ ਵਾਲੀ ਧਾਰਾਂ ਕੱਢਣ ਲੱਗ ਜਾਂਦੀ ਸੀ ਰੋਟੀਆਂ ਵਾਲੀ ਆਟਾ ਗੁੰਨਦੀ ਸੀ ਝਾੜੂ ਵਾਲੀ ਝਾੜੂ ਕਰਦੀ ਸੀ ਕੱਪੜਿਆਂ ਵਾਲੀ ਕੱਪੜੇ ਧੋਣ ਲੱਗ ਜਾਂਦੀ ਹੁੰਦਾ ਵੀ ਹੁੰਦਾ ਸੀ ਕੰਮ ਸਾਰਾ ਸਾਰੀਆਂ ਕੰਮ ਕਰਕੇ ਦਿਨੋਂ ਵਿਹਲੀਆਂ ਹੋ ਕੇ ਬਹਿ ਜਾਂਦੀਆਂ ਸੀ ਹੁਣ ਜਿਉਂ ਜਿਉਂ ਦਿਨ ਚੜ੍ਹਦਾ ਬੈੱਡ ਤੇ ਮੂਧੀਆਂ ਉਹ ਪੈਂਦੀਆਂ ਨੇ ਓ ਚੌਧਰੀ ਓ ਬਾਲੀ ਗੱਲ ਕੀ ਪੁੱਛਦਾ ਪਾਸਾ ਵੀ ਆਪ ਦਵਾਉਣੇ ਉਰੇ ਓਏ ਕਈ ਵਾਰੀ ਤਾਂ ਨੇਮ ਆ ਲੈ ਫੋੜੇ ਨਾਲ ਚੱਕੀਦੀਆਂ ਨੇ ਓਏ ਹਾਂ ਚੌਧਰੀ ਜਾ ਲਾਲੇ ਨੂੰ ਆਖ ਹਾਂ ਵੀ ਤੈਨੂੰ ਚੌਧਰੀ ਨੇ ਬੁਲਾਇਆ ਆਹ ਦੇਖ ਲੈ ਮੈਂ ਹੁਣੀ ਜਾਂਦਾ ਲਾਲੇ ਕੋਲੇ ਨੀ ਲਾਲੇ ਬੇ ਕੀ ਗੱਲ ਹੈ ਤੈਨੂੰ ਚੌਧਰੀ ਨੇ ਬੁਲਾਇਆ ਚੱਲ ਚੌਧਰੀ ਦਾ ਚਮਚਾ ਚੌਧਰੀ ਉਹ ਕੀ ਕਹਿੰਦੀ ਕਹਿੰਦੀ 4:30 ਵਾਲੀ ਮਿੰਨੀ ਆਉਂ ਇਹ ਨਹੀਂ ਕਹਿੰਦਾ ਵੀ ਇੱਕ ਖਾਕ ਆਇਆ ਉਹ ਖੁਸ਼ੀ ਆ ਰਿਹਾ ਤੂੰ ਆਖਲਾ ਰਹਿੰਦਾ ਚੋ ਜੇ ਤੂੰ ਜਾ ਕਿੱਥੇ ਲਾਲੇ ਨੂੰ ਬੁਲਾ ਕੇ ਲੈ ਕੇ ਤੈਨੂੰ ਚੌਧਰੀ ਬੁਲਾਉਂਦਾ ਕਾਹਦਾ ਹੁਣ ਕਿੱਥੇ ਬੁਲਾਵਾਂ ਇੱਥੇ ਮੈਂ ਜਾਵਾਂ ਲਓ ਸਰਦਾਰ ਸਾਹਿਬ ਸਿਆਣੇ ਆਦਮੀ ਬੈਠੇ ਹੋ ਮੈਨੂੰ ਐਂ ਦੱਸੋ ਵੀ ਮੈਂ ਬਗਾਨੀ ਟੀਵੀ ਤੋਂ ਆਪਦੀ ਦਾੜੀ ਬਟਾਉਣੀ ਆ ਯਾਰਾ ਵੀ ਤੂੰ ਨਹੀਂ ਜਾਂਦਾ ਮੈਂ ਨਹੀਂ ਬੁਲਾਉਂਦਾ ਬਾਈ ਆਹ ਦੇਖੀ ਕਿਵੇਂ ਆਉਂਦੀ ਆ ਮੈਂ ਬੁਲਾਉਣਾ ਨੀ ਲਾਲੇ ਕਰਮਾਂ ਵਾਲੀਏ ਕਰੀਆਂ ਕੀ ਚੌਧਰੀ ਸਾਹਿਬ ਸਲਾਮ ਜੀ ਚੌਧਰੀ ਸਾਹਿਬ ਸਲਾਮ ਵਾਲੇਕਮ ਨਾ ਸਾਡੇ ਕਹੇ ਤਾਂ ਸੱਪ ਲੜਦਾ ਓਏ ਜਾਣਦੇ ਆ ਚੌਧਰੀ ਓ ਕੀ ਜਾਣਦਾ ਜਿਹੜੀ LCD ਤੇ ਲਾਈ ਹੋਈ ਆ ਓਏ ਲਾਲੇ ਚੌਧਰੀ ਸਾਹਿਬ ਤੁਸੀਂ ਸਾਰੇ ਭਰਾ ਜੀ ਮੈਨੂੰ ਜਮਾ ਨਾ ਬੁਲਾਓ ਕੀ ਗੱਲ ਮੇਰੇ ਸਿਰ ਦੇ ਵਿੱਚ ਬਹੁਤ ਜ਼ਿਆਦਾ ਦਰਦ ਹੁੰਦੇ ਲਿਆ ਗਲੀਸ ਦੱਸੀਏ ਓ ਤੇਲ ਲਾਈਦਾ ਹੁੰਦਾ ਸਿਰ ਨੂੰ ਤੇਲ ਸੁਨਾਮ ਚਲੀ ਜਾ ਨੰਦ ਲੈ ਲਾ ਉਹ ਖਾ ਪੀ ਆਨੰਦ ਕਰ ਖਾ ਪੀ ਆਨੰਦ ਕਰ ਮਰ ਜਾਣਾ ਲਾਲੇ 50,000 ਰੁਪਇਆ ਹੋਰ ਲੈ ਜਾ ਠੀਕ ਹੈ ਨਵੇਂ ਡਿਜ਼ਾਈਨ ਦੇ ਸੂਟ ਸਵਾਲਣੇ ਉਹ ਸਵਾਲਾ ਜੇ ਤੈਨੂੰ ਲੋੜ ਆ ਓ ਮੈਂ ਕਰਦਾ ਚੌਧਰੀ ਇਹਦੇ ਨਾਲ ਗੱਲਾਂ ਗੱਲ ਕਰੀ ਓਏ ਓਏ ਮੈਂ ਕਰਦਾ ਤੂੰ ਨਵੇਂ ਡਿਜ਼ਾਈਨ ਦੇ ਸੂਟ ਲੈ ਲਾ ਜੇ ਤੈਨੂੰ ਲੋੜ ਆ ਲੋੜ ਨਹੀਂ
ਤੂੰ ਨਵੇਂ ਨਵੇਂ ਡਿਜ਼ਾਈਨ ਦੀਆਂ ਸਾੜੀਆਂ ਲੈ ਲੈ ਜੇ ਤੈਨੂੰ ਲੋੜ ਆ। ਅੱਛਾ ਜੇ ਬੰਦਾ ਵਟਾਉਣਾ ਤਾਂ ਮੈਂ ਤਿਆਰ ਆ। ਨੀ ਲਾਲੇ ਹਾਂਜੀ ਜੇ ਪਸੰਦ ਨਹੀਂ ਹੈਗਾ ਮੈਂ 2021 ਮਾਡਲ ਆਇਆ। ਬੇ ਕਾਦਾ ਏਜੰਸੀ ਦੇ ਵਿੱਚ ਸਨਾਮ ਕੱਲੀ ਖੜਾ ਹਜੇ ਆ ਕੇ। ਬੇ ਗੱਲ ਸੁਣ, ਫਿਰ ਤਾਂ ਕੋਈ ਗੇਰਾਂ 'ਚ ਜਾਂ ਹੋਰ ਕੋਈ ਚੇਂਜ ਆਇਆ ਹੋਊ ਨਵੀਂ ਮਸ਼ੀਨਰੀ ਆ? ਪੂਰੇ 14 ਗੇਰ ਨੇ 14 ਲੈ। ਉਹ ਲੀਵਰ ਵਾਲੇ ਨਹੀਂ ਜਿਹੜੇ ਅਸੀਂ ਆਏ ਆਏ ਜੇ ਪਾਉਂਦੇ ਹਾਂ। ਇੱਦਾਂ ਆਟੋਮੈਟਿਕ ਨੇ, ਸਕੂਟਰੀ ਮੰਗੂ 14। ਬੇ ਬੈਗ ਕਹਿ ਨੇ ਸਾਰੇ ਬੈਗ ਕੀ ਨੇ? ਤੂੰ ਮਰ ਜੇ 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 ਅੱਗੇ ਨੂੰ ਜਾਣਾ ਹੋਵੇ ਦੂਜੇ ਦਾ ਟੋਚਨ ਪਾਉਣਾ ਪੈਂਦਾ। ਏਜੰਸੀ 'ਚ ਹੀ ਖੜ ਚੰਗਾ, ਕਿਹੜਾ ਦੋ ਲਓ। ਲਾਲੇ ਕੀ ਗੱਲ ਆ, ਘਰ ਦੇ ਵਿੱਚ ਕੰਮ ਕਾਰ ਟਾਈਮ 'ਤੇ ਨਹੀਂ ਹੋ ਰਿਹਾ, ਖੇਤਾਂ ਵਿੱਚ ਹਾਲੀਆਂ ਪਾਲੀਆਂ ਦੀ ਰੋਟੀ ਟਾਈਮ 'ਤੇ ਨਹੀਂ ਪਹੁੰਚ ਰਹੀ, ਇਹ ਗੱਲ ਕੀ ਆ? ਘਰ ਦੇ ਵਿੱਚ ਕੀ ਫਤੂਰ ਪਿਆ ਵਿਆ? ਚੌਧਰੀ ਸਾਹਿਬ ਹਾਂ, ਇਸ ਘਰ ਦੇ ਵਿੱਚ ਮੈਨੂੰ ਬਹੁਤ ਵੱਡਾ ਦੁੱਖ ਹੈ। ਤੈਨੂੰ ਮੇਰੇ ਘਰ ਦੇ ਵਿੱਚ ਦੁੱਖ ਆ? ਹਾਂਜੀ ਜਦੋਂ ਚੌਧਰੀ ਹਾਂ ਲਾਲੇ ਦੇ ਦੁੱਖ ਉੱਠਦਾ ਕੀ ਚੌਧਰੀ ਸਾਹਿਬ? ਲਾਲੇ ਮੈਨੂੰ ਗੱਲ ਖੋਲ ਕੇ ਦੱਸ, ਕੀ ਗੱਲ ਆ? ਮੈਨੂੰ ਇਸ ਘਰ ਦੇ ਵਿੱਚ ਇਹ ਦੁੱਖ ਹੈ। ਕੀ ਦੁੱਖ ਆ? ਜਿਹੜਾ ਤੁਹਾਡਾ ਛੋਟਾ ਭਰਾ ਹੈ ਧੀਦੋ। ਹਾਂ ਰਾਜਾ, ਮੇਰਾ ਭਰਾ ਹੈ। ਭਰਾ ਹੋ ਤੁਹਾਡਾ? ਚੌਧਰੀ ਚਿੰਬੜ ਗਿਆ। ਲਾਲੇ ਮੇਰੇ ਭਰਾ ਦਾ ਕੀ ਦੁੱਖ ਆ ਤੈਨੂੰ? ਪਹਿਲੀ ਗੱਲ, ਉੱਠਦਾ 9-10 ਵਜੇ। ਅੱਛਾ, ਉੱਠ ਕੇ ਪਤਾ ਕੀ ਕਰਦਾ? ਹਾਂ, ਕਰਕੇ ਨਾਸ਼ਤਾ। ਹਾਂ, ਸ਼ਿਕਾਰੀ ਕੁੱਤੇ ਖੋਲ ਕੇ ਸ਼ਿਕਾਰ ਨੂੰ ਚਲਿਆ ਜਾਂਦਾ। ਅੱਛਾ, ਮੈਂ ਲਾਉਣੀ ਹੁੰਦੀ ਹੈ ਦੁਪਹਿਰੇ ਰੋਟੀ। ਹਾਂ, ਆ ਕੇ ਪਤਾ ਕੀ ਕਹਿੰਦਾ? ਹਾਂ, ਆ ਰੋਟੀ ਕੱਚੀ ਆ, ਦਾਲ ਦੇ ਵਿੱਚ ਨੂਣ ਨੀ। ਅੱਛਾ, ਆ ਪੇੜਾ ਵੱਧਾ ਹੀ ਪਿਆ। 100-100 ਨਖਰੇ ਕਰਦਾ, ਤੁਹਾਡਾ ਭਰਾ ਏ, ਤੁਸੀਂ ਨਖਰੇ ਝੱਲੋ, ਮੈਂ ਤਾਂ ਆਪਣੇ ਪੇਕਿਆਂ ਨੂੰ ਜਾਣੀ ਆ। ਕਿੱਡਾ ਮੁੰਡਾ ਸਿੱਟਿਆ ਮੇਰੇ ਕੋਲ, ਮੈਂ ਹੁਣ ਨੀ ਚੁੰਗਦਾ ਚੁੰਗਣੀ। ਟੁੱਟ ਜਾਣਾ, ਉਹ ਵੀ ਉੱਠ ਕੇ ਤੁਰਿਆ ਹੁੰਦਾ। ਮਾਂ ਵੀ ਮਾਮਤ ਆ ਪਾਗਲ ਨਾ। ਹੁਣ ਲਾਲੇ ਗੱਲ ਸੁਣ ਲਾ ਮੇਰੀ, ਮੈਂ ਆਪਣੇ ਭਰਾ ਧੀਦੋ ਨੂੰ ਬੁਲਾਉਣਾ ਤੇਰੇ ਮੂੰਹ ਤੇ। ਬੁਲਾ ਲੋ ਫਿਰ ਮੁੱਕਰੀ ਨੇ ਜਿਹੜੀਆਂ ਗੱਲਾਂ ਕਰੀਆਂ ਨੇ ਇਹ। ਹੁਣ ਮੈਂ ਨਹੀਂ ਡਰਦੀ, ਕੋਈ ਨਾ ਮੈਂ ਬੁਲਾ ਲੋ। ਓਏ ਧੀਦੋ ਨੂੰ ਆਵਾਜ਼ ਮਾਰ। ਓਏ ਆਉਂਦਾ ਹੀ ਨਹੀਂ ਉਹ, ਸਾਤੋਂ ਡਰਦਾ ਜਾ, ਤੈਨੂੰ ਅਸੀਂ ਕਹਿੰਦੇ ਆ ਯਾਰ ਵੀ ਡਰਦਾ ਉੱਤੋਂ। ਓਏ ਆਉਂਦਾ ਹੀ ਨਹੀਂ, ਜਿੱਥੇ ਅਸੀਂ ਖੜੀ ਹੋਈ ਉਹ ਨਹੀਂ ਆਉਂਦਾ, ਡਰਦਾ। ਮਾਰ ਹੱਕ, ਤੂੰ ਮਾਰ ਹੱਕ। ਓ ਧੀਦੋ, ਓਏ ਆ ਹੀ ਨਹੀਂ ਸਕਦਾ ਉਹ, ਓਏ ਆ ਗਿਆ ਓਏ। ਚੌਧਰੀ ਸਾਹਿਬ ਸਲਾਮ ਅਲੈਕਮ। ਵਾਲੇਕੁਮ ਸਲਾਮ ਚੌਧਰੀ ਸਾਹਿਬ। ਹਾਂ, ਕੀ ਗੱਲ? ਚੌਧਰੀ ਸਾਹਿਬ ਸਾਰੇ ਭਰਾ ਇਕੱਠੇ ਖੜੇ ਆ, ਕੋਈ ਰਾਏ ਮਸ਼ਵਰਾ ਕਰਨਾ? ਉਹ ਰਾਏ ਮਸ਼ਵਰੇ ਦੇ ਲੱਗਦੇ ਆ। ਤੈਨੂੰ ਕਿੰਨੀ ਵਾਰ ਆਖਿਆ ਧੀਦੋ, ਪਹਿਲਾਂ ਬੱਚਾ ਤੀ ਤੂੰ ਮੰਨਿਆ, ਚੱਲ ਹੁਣ ਬਾਬਾ ਜਵਾਨ ਹੋ ਗਿਆ, ਕਿਸੇ ਕੰਮ ਕਾਰ ਨੂੰ ਹੱਥ ਪਾਇਆ ਕਰ, ਕਿਸੇ ਖੇਤ ਦੀ ਕਿਸੇ ਰੋਟੀ ਲੈ ਜਾ ਕਰ। ਚੌਧਰੀ ਸਾਹਿਬ ਪਹਿਲਾਂ ਮੈਨੂੰ ਇਹ ਦੱਸੋ, ਤੁਸੀਂ ਮੇਰੇ ਤੋਂ ਮੇਰੇ ਵੱਡੇ ਕਿੰਨੇ ਭਰਾ ਹੋ? ਅਸੀਂ ਤੇਰੇ ਤੋਂ ਤੇਰੇ 6 ਭਰਾ ਵੱਡੇ ਆ। ਮੈਂ ਤੁਹਾਡੇ ਸਿਰਾਂ ਤੇ ਐਸ਼ ਕਰ ਜਾਣੀ ਆ। ਉਹ ਸਾਡਾ ਸਿਰ ਸੜਕਾ ਹੋਏ, ਉਹਦਾ ਜੀ ਟੀ ਰੋਣਾ ਏ ਨਾ ਪਲੇਟਫਾਰਮ ਕਰਦਾ ਕੀ ਆ? ਪਰੇ ਰਹਿ, ਅੱਜ ਫੁੱਲ ਕ੍ਰਾਂਤਾ ਚੱਪ ਜਾਂਗੇ ਚੱਪ। ਉਹੀ ਮੱਛੇ ਪਏ ਨੇ ਦੇਖ ਲੋ। ਚੌਧਰੀ ਸਾਹਿਬ, ਚੌਧਰੀ ਸਾਹਿਬ ਅੱਜ ਤੁਹਾਡੇ ਅੱਗੇ ਕਿੱਦਾਂ ਬੋਲਦੇ ਪਏ ਆ ਇਹ? ਉਹ ਭਰਾਵਾ ਤੇ ਤੋਂ ਸਾਰੇ ਦੁਖੀ ਨੇ ਇਹ। ਚੌਧਰੀ ਸਾਹਿਬ, ਹਾਂ, ਇਹਨਾਂ ਨੂੰ ਤਾਂ ਨਹੀਂ ਪਤਾ, ਹਾਂ, ਇਹ ਘਰੋਂ ਖੇਤ ਚਲੇ ਜਾਂਦੇ, ਖੇਤੋਂ ਆ ਜਾਂਦੇ ਆ ਘਰ। ਹਾਂ, ਸਿਆਣੇ ਬਜ਼ੁਰਗ ਬੈਠੇ, ਸਿਆਣੇ ਇੱਕ ਗੱਲ ਆਉਂਦੇ ਆ। ਕੀ ਕਹਿੰਦੇ ਆ?
ਕਹਿੰਦੇ ਜਿਹੜੇ ਮੁਲਕ ਦੇ ਵਿੱਚ, ਜਿਹੜੇ ਪਿੰਡ ਦੇ ਵਿੱਚ, ਜਿਹੜੇ ਘਰ ਦੇ ਵਿੱਚ ਏਕਾ ਸੋਥਾ, ਜਿਨ੍ਹਾਂ ਭਰਾਵਾਂ ਦੀ ਮੁੱਠੀ ਬੰਦ ਆ, ਸਾਰੇ ਪਿੰਡ ਵਿੱਚ ਉਹਨਾਂ ਦੀ ਕੋਈ ਬਾਂਹ ਨਹੀਂ ਫੜਦਾ, ਲੋਕ ਡਰਦੇ ਹੁੰਦੇ ਆ। ਉਹ ਦੇਖੋ ਕਿੱਡੀ ਸਿਆਣੀ ਗੱਲ ਕੀਤੀ ਆਪਾਂ ਤਾਂ ਛੋਟਾ ਹੋ ਕੇ। ਕਹਿੰਦਾ ਜਿਹੜੇ ਦੇਸ਼ ਦੇ ਵਿੱਚ, ਜਿਹੜੇ ਘਰ ਦੇ ਵਿੱਚ ਏਕਾ ਸੋਥਾ, ਚਾਰ ਭਰਾ ਇਕੱਠੇ ਨੇ, ਸਾਰਾ ਪਿੰਡ ਡਰਦਾ, ਉਹਨਾਂ ਤੋਂ ਕੋਈ ਬਾਂਹ ਨਹੀਂ ਫੜਦਾ ਉਹਨਾਂ ਦੀ। ਇਹਨੂੰ ਅੱਜ ਕਰਦੇ ਬਾਂਹ ਚਾਹੇ ਸਾਡੀ ਵੱਢੀ ਜਾਵੇ, ਇਹਦਾ ਹੀ ਦੁੱਖ ਹੈ। ਉਹ ਭਰਾਵਾ ਸਿਆਣੇ ਇੱਕ ਗੱਲ ਹੋਰ ਆਉਂਦੇ ਆ, ਗੱਲ ਕਰ। ਆਹ ਜਿਹੜੇ ਤੁਸੀਂ ਆਪੋ ਆਪਣੀ ਤੀਵੀਆਂ ਮਗਰ ਲੱਗੇ ਫਿਰਦੇ ਹੋ, ਸਿਆਣੇ ਪਤਾ ਕੀ ਲਾਉਂਦੇ ਆ? ਕਹਿੰਦੇ ਟਿੱਡੋ ਜੰਬੇ ਭਾਈ ਨਹੀਂ ਮਿਲਦੇ। ਖੜ ਜਾ ਖੜ ਜਾ, ਦੁਬਾਰਾ ਦੱਸੀ। ਉਹ ਸਿਆਣੇ ਇੱਕ ਗੱਲ ਆਉਂਦੇ ਆ, ਜਿਹੜੇ ਤੁਸੀਂ ਆਪੋ ਆਪਣੀ ਤੀਵੀਆਂ ਮਗਰ ਲੱਗੇ ਫਿਰਦੇ ਹੋ, ਆਹ ਗੱਲ ਕੌਣ ਨਾਲ ਸੁਣਿਓ ਜੀ? ਇਹਦੀ ਸਿਆਣੇ ਕਹਿੰਦੇ ਟਿੱਡੋ ਜੰਮੇ ਭਾਈ ਨਹੀਂ ਮਿਲਦੇ। ਅੱਛਾ, ਉਹ ਤੀਵੀਆਂ ਬਹੁਤ ਮਿਲ ਜਾਂਦੀਆਂ ਨੇ, ਉਹ ਭਾਈ ਬਥੇਰੇ ਮਿਲਦੇ ਨੇ। ਤੀਵੀ ਨੂੰ ਦੂਜੀ ਵਾਰ ਮੋਦੀ ਨੂੰ ਤੀਵੀ ਮਿਲੀ ਨਹੀਂ, ਉਵੇਂ ਮਿਲੀ ਜਾਂਦਾ। ਉਹ ਤੀਡੋ ਜੀ, ਇਕੱਲੇ ਤੇਰੇ ਭਰਾ ਹੀ ਨੀ ਦੁਖੀ, ਹਾਂਜੀ ਤੇਰੀਆਂ ਭਰਜਾਈਆਂ ਵੀ ਤੇਰੇ ਤੇ ਦੁਖੀ ਨੇ, ਛੇ ਦੀਆਂ ਛੇ, ਛੇ ਦੀਆਂ ਛੇ ਭਰਜਾਈਆਂ ਦੁਖੀ ਨੇ। ਚੌਧਰੀ ਸਾਹਿਬ, ਸਾਰਿਆਂ ਨਾਲੋਂ ਪਹਿਲਾਂ ਜਿਹੜੀ ਮੇਰੀ ਵੱਡੀ ਭਰਜਾਈ ਆ ਲਾਲੇ, ਲਾਲੇ ਬਾਬੀ ਨੂੰ ਬੁਲਾਓ, ਮੈਂ ਦੋ ਗੱਲਾਂ ਕਰਾਂ ਉਹਦੇ ਨਾਲ। ਲੈ ਬੁਲਾਉਣਾ ਮੈਂ ਲਾਲੇ, ਗੱਲ ਸੁਣ, ਆ ਗਿਆ ਮੇਰਾ ਭਰਾ, ਕਰ ਗੱਲ। ਕੋਈ ਗੱਲ ਨੀ, ਮੈਂ ਕਿਹੜੇ ਤੋਂ ਡਰਦੀ ਆ। ਲਾਲੇ ਬਾਬੀ, ਸਲਾਮ ਵਾਲੇ। ਲਾਲੇ ਬਾਬੀ, ਤੈਨੂੰ ਸਾਡੇ ਭਰਾਵਾਂ ਦਾ ਇੱਕ ਸੋਤਾ ਚੰਗਾ ਹੀ ਲੱਗਾ ਤਾਂ ਘਰ ਵਿੱਚ ਬਤੂਰ ਪਾ ਛੱਡਿਆ? ਓਏ ਓਏ, ਲੜਕੀ ਤੋਂ ਪਰੇ ਹੋ ਕੇ ਗੱਲ ਕਰ। ਉਹ ਲੜਕੀ ਨੀ, ਮੇਰੀ ਭਰਜਾਈ ਲੱਗਦੀ ਆ, ਪਰੇ ਹੋ ਕੇ ਗੱਲ ਕਰ। ਲਾਲੇ ਬਾਬੀ ਉਰੇ ਕੇ ਮੇਰੀ ਗੱਲ ਸੁਣ, ਨਾ ਬਾਂਹ ਵੜ ਬੇ, ਮੈਂ ਗੱਲ ਕਰਦੀ ਆ। ਨੀ ਤੂੰ ਹਟ ਜਾ, ਟੁੱਟ ਜਾਣਾ ਮੱਚਿਆ ਪਿਆ। ਸਾਨੂੰ ਤਾਂ ਉਂਗਲਾਂ ਲਾਉਂਦੀ ਆ, ਉਹਨੂੰ ਬਾਂਹ ਵੜਾਉਂਦੀ ਆ। ਕੋਈ ਨੀ, ਮੈਂ ਗੱਲ ਕਰਦੀ, ਕੋਈ ਨਾ। ਲਾਲੇ, ਗੱਲ ਮੁੱਕ ਜੇ ਅੱਜ, ਬੇਫਿਕਰ ਰਹਿ, ਤੂੰ ਬੇਫਿਕਰ ਰਹਿ। ਫਤੂਰ ਮੈਂ ਨਹੀਂ ਪਾਇਆ, ਹਾਂ ਤੇਰਾ ਪਾਇਆ ਪਿਆ ਘਰ ਦੇ ਵਿੱਚ। ਘਰ ਦੇ ਵਿੱਚ ਫਤੂਰ ਮੈਂ ਪਾਇਆ? ਦੱਸ ਕਾ ਭਾਬੀ, ਕਿਵੇਂ ਪਾਇਆ ਮੈਂ ਫਤੂਰ? ਬੇ, ਤੈਨੂੰ ਆਖਿਆ ਸੀ, ਹਾਂ ਚਾਦਰੀਆਂ ਦਾ ਪੁੱਤ ਹੈ, ਕਿਸੇ ਹਾਲੀ ਦੀ ਕਿਸੇ ਪਾਲੀ ਦੀ ਰੋਟੀ ਲੈ ਕੇ ਜਾ, ਡੰਗਰਾਂ ਨੂੰ ਧੁੱਪੇ ਛਾਵੇਂ ਕਰ, ਹੈ ਨੀ? ਤੂੰ ਮੇਰੀ ਗੱਲ ਮੰਨੀ ਆ? ਲਾਲੇ ਭਾਬੀ, ਜਿਸ ਘਰ ਦੇ ਵਿੱਚ ਕੰਮ ਕਾਰ ਮੈਂ ਕਰਨਾ, ਆਹ ਤਾਂ ਡੱਬ ਖੜਬੇ ਘਰ ਵਿੱਚ ਕਾਹਦੇ ਵਾਸਤੇ ਰੱਖੇ ਨੇ? ਤੇਰਾ ਮਰੇ ਹੋਏ ਦਾ ਮੰਜਾ ਮੁਰਦਿਆਂ ਵਾਲੇ ਪੈਲਸ ਚ ਲਿਜਾਵਾਂਗੇ। ਸ਼ਮਸ਼ਾਨ ਘਾਟ ਨੂੰ ਪੈਲਸ ਹੀ ਦੱਸੀ ਜਾਂਦਾ, ਦੇਖ ਉਹ ਹਜੇ ਪੈਲਸ ਵਿਹਲਾ ਰਹਿ ਜੇ ਰਹਿ ਜੇ, ਉਹ ਵਿਹਲਾ ਨਹੀਂ ਰਹਿੰਦਾ। ਲਾਲੇ ਭਾਬੀ, ਮੇਰੀ ਗੱਲ ਸੁਣ, ਦੇਖ ਖੇਤੀਬਾੜੀ ਦਾ ਕੰਮ ਤਾਂ ਨਹੀਂ ਮੈਨੂੰ ਕੋਈ ਆਉਂਦਾ, ਨਾ ਹੀ ਮੈਂ ਕੰਮ ਸਿੱਖਿਆ। ਫਿਰ ਹੋਰ ਕੀ ਸਵਾਲ ਹੈਗਾ? ਮੈਂ ਜ਼ਿੰਦਗੀ ਦੇ ਵਿੱਚ ਦੋ ਕੰਮ ਸਿੱਖੇ ਆ। ਕਿਹੜੇ ਕਿਹੜੇ? ਇੱਕ ਨੱਚਣਾ ਅਤੇ ਦੂਜਾ ਗਾਉਣਾ। ਓਏ ਆ ਗੱਲ ਸੁਣੋ, ਇਹ ਸਾਡਾ ਜੱਟਾ ਜ਼ਿਮੀਂਦਾਰਾਂ ਦਾ ਨੱਚਣਾ ਗਾਉਣਾ ਕੰਮ ਹੋਵੇ, ਹੋਰ ਕਿਹਨਾਂ ਦਾ ਕੰਮ? ਸਲਾ ਮਰਾਸੀਆਂ ਵਾਲਾ ਕੰਮ ਕਰਨ ਲੱਗ ਗਿਆ। ਓਏ ਅੱਜ ਕੱਲ੍ਹ ਸਾਰੀਆਂ ਜਾਤਾਂ ਇਹੀ ਕੰਮ ਕਰਨ ਲੱਗ ਪਈਆਂ ਭਾਈ, ਬੇਲੀਆਂ ਹੋਈਆਂ ਪਈਆਂ ਨੇ। ਚਲੋ ਖੇਤ ਚੌਧਰੀ ਸਾਹਿਬ ਕਹਿ ਕੇ ਗਏ ਸੀ, ਹੈਂ ਉਹ ਕਣਕ ਵੱਲ ਗੇੜਾ ਮਾਰ ਕੇ ਆਓ, ਜਿਹੜੀ ਟਿੱਬੇ 'ਤੇ ਮੋਟਰ ਆ, ਉੱਥੇ ਜਾਈਏ ਬਾਈ। ਜਾਓ ਮੋਟਰ 'ਤੇ, ਜਾਓ ਮੋਟਰ 'ਤੇ। ਲਾਲੇ ਭਾਬੀ, ਹਾਂਜੀ ਦੇਖ, ਚੌਧਰੀ ਸਾਹਿਬ ਗਿਆ ਪਿੰਡਾਂ ਦੇ ਫੈਸਲੇ ਕਰਾਉਣ, ਬਾਕੀ ਭਰਾ ਗਿਆ ਖੇਤ ਬੰਨੇ, ਅੱਜ ਘਰ ਕੋਈ ਹੈ ਨਹੀਂ, ਤੁਸੀਂ ਦੂਈਆਂ ਭਰਜਾਈਆਂ ਨੂੰ ਬੁਲਾ, ਕੋਈ ਨੱਚ ਟੱਪ ਕੇ ਕੋਈ ਗੀਤ ਗੂ ਸੁਣਾਓ। ਖੁਸ਼ੀਆ ਘਰੇ ਹੈ, ਕੀ ਕਰਦਾ? ਉਹ ਘਰੇ ਕੀ ਕਰਦਾ? ਘਰੇ ਕੀ ਕਰਦਾ? ਉਹ ਗੰਡਾਸਾ ਕਾਹਦੇ ਵਾਸਤੇ? ਰੇਤ ਨਾ, ਗੰਨਾ ਤਾਂ ਵੱਢਦਾ ਆਪਾਂ। ਹੁਣ ਤੁਹਾਡੀ ਲੱਤ ਵੱਢੂ, ਲੱਤ ਵੱਢੂ ਕਹਿੰਦਾ ਮੈਂ ਤੁਹਾਡੂ। ਲਾਲੇ ਭਾਬੀ, ਇਹ ਦੋਨੇ ਮਾਰਦੇ ਨੇ ਫੋਕੇ ਫੈਂਟਰ, ਠੀਕ ਆ, ਇਹਨਾਂ ਨੂੰ ਮੈਂ ਦੋ ਡਰਮਾ ਡੋਲ ਦੀਆਂ ਦੋ ਦੋ ਗੋਲੀਆਂ ਖਵਾ ਦੇਣੀਆਂ ਨੇ, ਇਹਨਾਂ ਨੂੰ ਕਹਿਣੀ ਸੁਰਤ, ਜਦ ਨੂੰ ਇਹਨਾਂ ਨੂੰ ਸੁਰਤ ਆਉਣੀ ਆ, ਮੈਂ ਕੁੱਤੀਆਂ ਖੋਲ ਕੇ ਸ਼ਿਕਾਰ ਕਰਨ ਚਲਿਆ ਜਾਊਂ। ਆਹ ਬਾਬੇ ਦੇ ਆਈਆਂ, ਸੱਚੋ ਸੱਚ ਦੱਸੀ ਨਾ, ਉਹ ਤਾਂ ਕੁਛ ਨਹੀਂ ਕਹਿੰਦਾ। ਤੂੰ ਗੱਲ ਦੱਸ ਦੇ, ਤੈਨੂੰ ਕਹਿ ਕੇ ਗਿਆ ਕਰਨ ਚ ਕੁਛ ਨਾ ਕੁਛ, ਉਹ ਤਾਂ ਐਂ ਕਹਿੰਦਾ, ਸੱਚੀ ਗੱਲ ਤਾਂ ਇਹ ਆ, ਬਾਬਿਆਂ ਦੇ ਖੜੀਆਂ ਦੇਖ ਲਾ, ਕਹਿੰਦਾ ਦੋ ਦੋ ਗੋਲੀਆਂ ਡਰਮਾ ਡੋਲ ਦੀਆਂ ਦੇ ਦੇਣੀਆਂ ਨੇ, ਇਹਨਾਂ ਨੂੰ ਕਿਹੜਾ ਸੁਰਤ ਰਹਿਣੀ ਆ, ਆਪਾਂ ਨੱਚਾਂਗੇ ਗਾਵਾਂਗੇ, ਠੀਕ ਨੀ? ਕਹਿੰਦਾ ਜਾਣੂ ਮੈਂ ਫਿਰ ਤੁਰ ਜੂ। ਇਹਨੂੰ ਐਂ ਕਹਿੰਦੇਗਾ, ਅਠਾਰਾਂ ਅਠਾਰਾਂ ਦਾ ਖਾਈ ਫਿਰਦੇ ਨੇ, ਤੂੰ ਮਰ ਜਾ, ਤੇਰਾ ਬੰਨੀ ਟੁੱਟ ਗਿਆ, ਟੁੱਟ ਜਾਣੇ ਫਸਾ ਦੂ ਕੋਈ। ਚੱਲ ਠੀਕ ਹੈ।